मैं हर साल बर्गर बनाना, ठीक है जी। मैं हुण तक 6 बर्गर बना चुके हैं, ये 7वां बर्गर हैगा जी। ये नियर अबाउट 12 किलो इहदा बनदा वेट हैगा जी, और उस तो बाद 6 से 7 किलो आपां डिफरेंट डिफरेंट लाइक वैजीटेबल्स पाई हैं, और उस तो इलावा 6 से 7 किलो असी सॉसिज पाई हैं, और 1 किलो पनीर पाया है, 1 से 1.5 किलो टिन फूड हैगा कोन्स, उस तो बाद एलोपिनो। ए कुछ दवाइयां, दो सौ 150 तुहाडे हो गए बापू जी, 1350। इस वेले तो मेरे को इन्ने ही है, बाकी खाते च लिख लो। पापू जी, पापू जी, आज फिर किन्ने लिखा खाते च? हुण कोई भी पैसा खाते च लिखण दी लोड़ नहीं। कोई लॉटरी लग गई बापू जी? भाई समझ लो, लॉटरी लग गई है। जदों दी पंजाब दी भगवंत मान सरकार ने महंगे बिजली दे बिल जीरो करके साडे सिरा तो बोझ लाया ना, ਸਾਨੂੰ ਉਧਾਰ ਲੈਣ ਦੀ ਲੋੜ ਹੀ ਨਹੀਂ ਪੈਂਦੀ। ਹੁਣ ਤਾਂ ਸਮਝ ਲਓ ਵੀ ਪੰਜਾਬ ਦੇ ਘਰ ਘਰ ਦੀ ਨਾ ਲੋਟਰੀ ਲੱਗ ਗਈ ਆ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਚ ਪੰਜਾਬ ਦੇ ਲਗਭਗ 86% ਪਰਿਵਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ ਹੈ। 40 KG ਪਲੱਸ ਗਿਆ, ਠੀਕ ਹੈ ਜੀ। ਔਰ ਇਹ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ, ਇਹ ਵੀਡੀਓ ਨੂੰ ਪੂਰਾ ਦੇਖ ਲਿਓ, ਆਪਾਂ ਇਹਨੂੰ ਖਾਵਾਂਗੇ ਐਜ਼ ਏ ਕੱਟ ਕਰਕੇ। ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਬਰਗਰ ਚਾਚੂ ਦਾ, ਜਿਹੜਾ ਕਿ ਇਨੀਸ਼ੀਏਟਿਵ ਲੈਂਦੇ ਰਹਿੰਦੇ ਆ, ਕਦੀ ਸੈਂਡਵਿਚ ਵੱਡਾ ਬਣਾਉਣਾ ਅਤੇ ਕਦੀ ਬਰਗਰ ਬਣਾਉਣਾ। ਅਤੇ ਇੱਕ ਮੈਂ ਤਾਂ ਇਹਦੇ ਤੋਂ ਇੱਕ ਮੈਸੇਜ ਸਮਝਦਾ ਵਾਂ, ਇਹ ਤੋਂ ਇੱਕ ਮੈਸੇਜ ਇਨ ਸ਼ੋਰਟ 'ਚ ਨਿਕਲ ਕੇ ਆ ਰਿਹਾ ਕਿ ਰਲ ਮਿਲ ਕੇ ਖਾਣਾ। ਅਤੇ ਅੱਜ ਅੰਦਰ ਕਾਫੀ ਸਾਰੇ ਯੂਥ ਹੈ, ਬਾਕੀ ਸਾਰੇ ਇਕੱਠੇ ਹੈਗੇ ਆ, ਕਿ ਇੱਕ ਮੈਸੇਜ ਜਾ ਰਿਹਾ ਕਿ ਇਕੱਠੇ ਮਿਲ ਕੇ ਬਣਾਓ ਅਤੇ ਇਕੱਠੇ ਮਿਲ ਕੇ ਖਾਓ। ਇੱਕ ਫੂਡ ਸ਼ੇਅਰਿੰਗ ਦਾ ਮੈਸੇਜ ਮੈਂ ਕਹਿ ਸਕਦਾ ਉਹ ਦਿੱਤਾ ਜਾ ਰਿਹਾ, ਅਤੇ ਬਹੁਤ ਵਧੀਆ ਦਿੱਤਾ ਜਾ ਰਿਹਾ, ਇਨੀਸ਼ੀਏਟਿਵ ਲਿੱਤਾ ਗਿਆ ਹੈ। ਅਤੇ ਆਇਲ ਫਰੀ ਜੋ ਬਰਗਰ ਦੀ ਇਹਨਾਂ ਦੀ ਕੁਆਲਿਟੀਜ਼ ਹੈ ਹੀ ਹੈ, ਉਹ ਸਾਨੂੰ ਇੱਕ ਵੱਡੇ ਲੈਵਲ 'ਤੇ 30 KG ਬਰਗਰ ਦੇ ਨਾਲ ਮਿਲ ਰਹੀਆਂ, ਕਾਫੀ ਅੱਛਾ ਲੱਗ ਰਿਹਾ। ਲਾਈਕ ਮੈਂ ਹਰ ਸਾਲ ਬਰਗਰ ਬਣਾਉਂਦਾ, ਠੀਕ ਹੈ ਜੀ। ਮੈਂ ਹੁਣ ਤੱਕ 6 ਬਰਗਰ ਬਣਾ ਚੁੱਕਿਆ, ਇਹ 7ਵਾਂ ਬਰਗਰ ਹੈਗਾ ਜੀ। ਇਹਦੇ ਵਿੱਚ ਨੀਅਰ ਅਬਾਊਟ 12 ਕਿਲੋ ਇਹਦਾ ਬਣਦਾ ਵੇਟ ਹੈਗਾ ਜੀ, ਔਰ ਉਸ ਤੋਂ ਬਾਅਦ 6 से 7 ਕਿਲੋ ਆਪਾਂ ਡਿਫਰੈਂਟ ਡਿਫਰੈਂਟ ਲਾਈਕ ਵੈਜੀਟੇਬਲਸ ਪਾਈ ਹੈ, ਔਰ ਉਸ ਤੋਂ ਇਲਾਵਾ 6 से 7 ਕਿਲੋ ਅਸੀਂ ਸੌਸਿਸ ਪਾਈ ਹੈ, ਔਰ 1 ਕਿਲੋ ਪਨੀਰ ਪਾਇਆ ਹੈ, 1 से 1.5 ਕਿਲੋ ਟਿਨ ਫੂਡ ਹੈਗਾ ਕੋਨਸ, ਉਸ ਤੋਂ ਬਾਅਦ ਐਲੋਪੀਨੋ 1/2 ਕਿਲੋ ਹੈਗੇ ਆ, ਔਰ ਨੀਅਰ ਅਬਾਊਟ ਦੇਖਿਆ ਜਾਵੇ 30 KG ਮੈਂ ਕਿਹਾ, ਬਟ ਅਪਰੋਕਸੀਮੇਟਲੀ ਇਹ 40 KG ਪਲੱਸ ਗਿਆ, ਠੀਕ ਹੈ ਜੀ। ਔਰ ਇਹ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ, ਇਹ ਵੀਡੀਓ ਨੂੰ ਪੂਰਾ ਦੇਖ ਲਿਓ, ਆਪਾਂ ਇਹਨੂੰ ਖਾਵਾਂਗੇ ਐਜ਼ ਏ ਕੱਟ ਕਰਕੇ। ਮਾਈਂਡ ਵਿੱਚ ਆਇਆ ਕਿਸ ਤਰ੍ਹਾਂ ਡਾਊਟ ਆਇਆ ਕਿ ਮੈਂ ਵੀ ਜਿੱਦਾਂ ਅਸੀਂ ਦੇਖਦੇ ਹੁੰਦੇ ਸੀਗੇ ਕਿ ਫੋਰਨ ਦੇ ਵਿੱਚ ਬਹੁਤ ਕੁਝ ਹੁੰਦਾ, ਠੀਕ ਹੈ, ਤਾਂ ਇੰਡੀਆ ਦੇ ਵਿੱਚ ਹੁਸ਼ਿਆਰਪੁਰ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ, ਠੀਕ ਹੈ, ਤਾਂ ਇਸ ਕਰਕੇ ਅਸੀਂ ਇਹ ਇੱਥੇ ਬਣਾਇਆ।